ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ, ਆਸ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਣਗੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੇਰਾ ਰਿਆੜ ਵਲੋਗ ਚੈਨਲ 'ਤੇ। ਤਾਂ ਅੱਜ ਦਾ ਵਲੋਗ ਸਾਡਾ ਇਹ ਆ ਕਿ ਆਪਾਂ ਲੱਗੇ ਹਾਂ ਕਮਰਾ ਨਵਾਂ ਪਾਉਣ, ਸਟੋਰ ਜਿਹਨੂੰ ਕਹਿ ਦਈਏ ਕਿ ਸਾਡਾ ਹੈਗਾ ਥਾਂ ਥੋੜ੍ਹਾ ਕਮਰਿਆਂ ਦੇ ਬੈਕ ਸਾਈਡ 'ਤੇ, ਉੱਥੇ ਆਪਾਂ ਲੱਗੇ ਹਾਂ ਨਵਾਂ ਕਮਰਾ ਪਾਉਣ ਅਤੇ ਕਮਰੇ ਦੀ ਡੇਈ ਆ ਤਿਆਰੀ ਚੱਲਣ। ਅਤੇ ਲੱਗੇ ਹਾਂ ਆਪਾਂ ਅੱਜ ਆਪਣਾ ਨੀਂਹ ਪੱਥਰ ਰੱਖਣ, ਅਤੇ ਨੀਂਹ ਪੱਥਰ ਰੱਖਣ ਲੱਗੇ ਹਾਂ ਅਤੇ ਆ ਜਾਓ ਤੁਹਾਨੂੰ ਮਿਲਾਉਂਦੇ ਹਾਂ। ਰਾਜਵਿੰਦਰ ਗੱਲ ਸੁਣੋ, ਇੱਧਰ ਆਇਓ। ਮੰਮੀ ਕਿੱਥੇ ਆ? ਲੱਗਾ ਨੀਂਹ ਪੱਥਰ ਰੱਖਣ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਅਸੀਂ ਨੀਂਹ ਰੱਖਣ ਲੱਗੇ ਕਮਰੇ ਦੀ। ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ, ਤੇ ਅਸੀਂ ਨੀ ਕਿਹਾ ਜੀ ਇੱਕ ਕਮਰੇ ਦੀ ਨੀਂਹ ਰੱਖਣ ਲੱਗੇ ਆ। ਹਾਂ ਲੱਗੇ ਆਪਾਂ ਕਮਰਾ ਪਾਉਣ ਨਵਾਂ, ਤੇ ਸਾਰੇ ਜਾਣੇ ਦਿਓ ਅਸੀਸਾਂ, ਦਿਓ ਵਧਾਈ ਦਿਓ। ਵਧੀਆ ਵਧੀਆ ਹੈ ਨਾ, ਲੈਂਟਰ ਪੈ ਜੇ ਜਿਹੜੇ। ਹਾਂ ਲੈਂਟਰ ਪੈ ਜੇ, ਭਾਵੇਂ ਕਮਰਾ ਇੱਕ ਤੇ ਭਾਵੇਂ ਕੋਠੀ ਨੀਂਹ ਦਿੰਦੀ ਨਾ। ਹਾਂ ਇਹ ਤੇ ਗੱਲ ਹੈ ਹੀ ਆ, ਕੰਮ ਚਾਹ ਤਾਂ ਹੁੰਦਾ ਹੀ ਹੈ ਨਾ। ਨਹੀਂ ਚਾਹ ਤਾਂ ਹੈਗਾ ਹੈ ਤੇ ਵੱਡਾ ਵਾ। ਤੇ ਚੱਲੀਏ ਉਧਰ, ਵੇਖੀਏ ਕੀ ਕਹਿੰਦੇ ਮਿਸਤਰੀ। ਚਲੋ ਅਰਦਾਸ ਬੇਨਤੀ ਕਰਾਉਂਦੇ ਆ। ਚਲੋ ਇਧਰਲੇ ਸਾਈਡ ਤੇ ਲੱਗਾ ਸਾਡਾ ਕਮਰਾ ਪੈਣ, ਤੇ ਨੀਹਾਂ ਪੁੱਟੀਆਂ ਗਈਆਂ ਆ। ਉਹ ਆ ਮਗਰ ਸਾਡੇ ਗਵਾਂਢੀ ਆ, ਤੇ ਇੱਧਰਲੇ ਆ ਜਿਹੜਾ ਦੜਾ ਆ ਇਹ ਤੋਂ ਇੱਧਰਲੀ ਸਾਈਡ 'ਤੇ ਥਾਂ ਸਾਡੇ ਚਾਚਾ ਜੀ ਦਾ ਵਾ, ਅਤੇ ਇਹ ਤੋਂ ਇੱਧਰ ਇੱਧਰ ਸਾਡਾ ਸੀ, ਅਤੇ ਇਹ ਲੱਗੇ ਹਾਂ ਆਪਾਂ ਹੁਣ ਇੱਥੇ ਕਮਰਾ ਪਾਉਣ, ਅਤੇ ਇੱਧਰ ਹੁਣ ਆਪਣੇ ਚਾਚਾ ਜੀ ਪਾ ਲੈਣਗੇ। ਅਤੇ ਚਲੋ ਵਾਹਿਗੁਰੂ ਮਾਲਕਾ ਸੁੱਖ ਰੱਖੇ ਸੱਚੇ ਸਤਿਗੁਰੂ। ਚਲੋ ਮਿਸਤਰੀ ਸਾਹਿਬ। ਲਓ ਜੀ ਨੀਂਹ ਰੱਖੀ ਗਈ, ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ। ਪਹਿਲੀ ਇੱਟ ਮੈਂ ਲਾਵਾਂ? ਲਿਆਓ ਆਇਆ ਰਾਜਿੰਦਰ ਉਰੇ ਆ। ਚਲੋ ਲਾਓ ਨਵੀਆਂ ਇੱਟਾਂ, ਫਤਿਹ ਲੱਗਾ ਨਵੀਂ ਇੱਟ ਲਾਉਣ। ਇੱਟਾਂ ਲਾਤੀਆਂ ਆਪਾਂ, ਐਨ ਨਿਕਲ ਜਾਂਦੇ ਹਾਂ ਨਾ ਇੱਧਰ, ਲੱਗਦਾ ਪੈਰ ਕਰ ਜਾਂਦਾ। ਲਓ ਜੀ ਮੈਂ ਤੇ ਫਤਿਹ ਨੇ ਨੀਂਹ ਰੱਖਦੀ ਆ ਕਮਰੇ ਦੀ, ਤੁਹਾਨੂੰ ਬਹੁਤ ਬਹੁਤ ਵਧਾਈਆਂ ਨਾ ਮੰਮੀ ਨਵੇਂ ਕਮਰੇ ਦੀ। ਚਲੋ ਫਤਿਹ ਬਾਬਾ ਜੀ ਦਾ ਪ੍ਰਸ਼ਾਦ ਖਾਓ। ਆਹੋ ਫਤਿਹ ਵੀ ਬਹੁਤ ਸ਼ੌਕੀਨ ਆ ਪ੍ਰਸ਼ਾਦ ਦਾ, ਕੜਾਹ ਪ੍ਰਸ਼ਾਦ ਦਾ। ਆਹੋ ਇੱਧਰ ਵੇਖ, ਬੋਲੋ ਵਾਹਿਗੁਰੂ ਲਓ ਜੀ। ਇੱਧਰ ਸਾਡਾ ਇਹ ਮਾਸਟਰ ਦਾ ਮੁੰਡਾ ਕਾਕਾ ਸਵਾਜ, ਇੱਧਰ ਸਾਡਾ ਫਤਿਹ, ਦੋਵੇਂ ਖੇਡਣ ਡੇ। ਆਹੋ ਕੀ ਗਾਣ ਡਿਆ ਵਾ? ਕਾਕੇ ਨੂੰ ਫੜ, ਕਾਕਾ ਡਿੱਗਣਾ ਪਏ, ਕਾਕਾ ਡਿੱਗਣਾ ਪਏ। ਆਹੋ ਕਾਕਾ ਕਾਕਾ ਵੀ ਨਾ 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 ਫਤਿਹ ਲੈ ਲੈ, ਕਾਕਾ ਵੀ ਬਣਦਾ ਹੀ ਓ ਕੰਮ ਵੇਖੋ। ਆਹ ਕਾਕਾ ਵਾ ਤੇ ਨਾਲ ਉਹ ਵੀ ਕਾਕਾ ਬਣ ਗਿਆ, ਰਿੜਦਾ ਹੋਵੇ ਜੋ ਰਿੜਦਾ ਕਾਕਾ ਤੇ ਪੁੱਠੇ ਕੰਮਾਂ ਨੂੰ ਜਾਂਦਾ ਸਾਡਾ ਵੇ। ਇੱਧਰ ਨੂੰ ਲਿਆਓ ਸਿਰੇ ਸਿੱਕੇ ਸਾਡੇ, ਹੈ ਹੈ
इधर मुड़ा पुत इधर आ जाओ इधर काम स्टार्ट किया ही काम साडा पहुंच गया नीहां दे इत्थे तक नीहां भरियां गईयां तकरीबन हणा मिस्त्री साहब टाई बीम बनन लगे नीहां भरियां गईयां हणा टाई बीम बजना टाई बीम ओड़ा आदा कंध दे विच हुंदा जिहड़ा ठीक आ ठीक आ ओ बन के ते फिर कंधां चक देनियां हैं पर दीपों दी लोड़ नहीं है ना बथेरा उच्चा हो गया कि नहीं हाँ है नहीं कढ़नी कुढ़नी चल की आ थोड़ा उच्चा कर लांगे कमरा है ना आहो ते कमरे का काम हो चलिया साडा शुरुआत तो हो ही गई है जानी अद्धा क अद्यों अद्धा होया अजे काम बाकी कोई नहीं नाल नाल जानकारी दिंदे रहांगे कर दे सत श्री अकाल कर दे ਇਹ ਖੋਲੀ ਜਾਨੀ ਆ ਇਹ ਆਇਆ ਫਤਿਹ ਦਾ ਗਿਫਟ ਕਿਹੜਾ ਗਿਫਟ ਆ ਗਿਆ ਫਤਿਹ ਦਾ ਹੁਣ ਪੀ ਪੀ ਨੀ ਆ ਪੀ ਆਈਆ ਇਹ ਕਿਹੜੀ ਪੀ ਆ ਗਈ ਹੁਣ ਇਹ ਉਹ ਕਾਲੀ ਦੇ ਜਿਹੜੇ ਦਵਾਈ ਲੈਣ ਜਾਂਦੇ ਨੇ ਉੱਥੇ ਨਹੀਂ ਹੁੰਦੀਆਂ ਇਦਾਂ ਦੀਆਂ ਕਿੱਥੇ ਇੱਥੇ ਗੋਲਪੀ ਡਾਕਟਰ ਕੋ ਦਵਾਈ ਲੈਣ ਜਾਂਦੇ ਨੇ ਫਤਿਹ ਦੀ ਨਹੀਂ ਇਹ ਟੈਟ ਹੋਰ ਵੀ ਲੱਗੇ ਇਹਦੇ ਲਓ ਜੀ ਫਤਿਹ ਸਾਡੇ ਦੀ ਗੱਡੀ ਹੋ ਗਈ ਆ ਰੈਡੀ ਤੇ ਹੁਣ ਪਤਾ ਲੱਗਾ ਗੱਡੀ ਤੇ ਬਹਿਣ ਉੱਤੇ ਬਹਿ ਉੱਡ ਲੈ ਏਦਾਂ ਚੱਲ ਰਾਜਿੰਦਰ ਇਹਨੂੰ ਉੱਧਰ ਉਹ ਖੜੀ ਬਾਹਰ ਵਿਹੜੇ 'ਚ ਖੜੀ ਚੱਲ 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 ਸ਼ਾਬਾਸ਼ ਸ਼ਾਬਾਸ਼ ਹਾਂ ਗੱਡੀ ਤੇ ਗੱਡੀ ਵੱਜਣ ਡੀ ਫਤਿਹ ਕੋਲ ਗੱਡੀ ਤੇ ਗੱਡੀ ਠਾ ਗੱਡੀ ਹੈ ਰਾਜਿੰਦਰ ਇੱਧਰ ਵੇਖ ਫਤਿਹ ਨੂੰ ਬਹੁਤ ਗਿਫਟ ਮਿਲਦੇ ਫਤਿਹ ਸਾਡਾ ਕਰਮਾ ਭਾਗਾ ਗੱਡੀਆਂ ਹੀ ਫਤਿਹ